ਲੋਕ ਜੁੜਨਗੇ ਇਸ ਗੱਲ ਦਾ ਸਾਨੂੰ ਅਹਿਸਾਸ ਸੀ ਜਿਹੜੇ ਅਪਦੇ ਤੇ ਮਾਣ ਕਰ ਲੈਂਦੇ ਨੇ ਉਹ ਕਦੇ ਜਿੱਤਦੇ ਨਹੀਂ ਲੋਕ ਰਾਜਨੀਤੀ ਬਾਰੇ ਕੀ ਸੋਚ ਰਹੀਆਂ ਨੇ ਜਿਥੇ ਬੰਦੀ ਹੈ ਖਾਸ ਤੌਰ ਤੇ ਜਗਰਿੰਦਰ ਸਿੰਘ ਅਗਰਾਹਾ ਕੀ ਸੋਚ ਰਹੀ ਸਾਨੂੰ ਕੀ ਤਰਾਜਾ ਭਾਈ ਤੂੰ ਬਣ ਜਾ ਮੁੱਖ ਮੰਤਰੀ ਸਾਨੂੰ ਕੀ ਤਰਾਜਾ ਸਾਡੀ ਸਾਥ ਦੀ ਆਸ ਕਰਕੇ ਕੋਈ ਥੋਣ ਲੜੇ ਇਹ 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 ਭੁਲੇਖਾ ਕੱਢ ਕੇ ਲੜੇ ਅਲਕਰੀ ਮਾਰਨੇ ਹੁੰਦੇ ਸੀ ਤਾਂ ਭਾਈ ਕਰਨਾ ਤਾਂ ਸਰਕਾਰ ਨੇ ਹੁੰਦਾ ਹੈ ਉਥੇ ਕਿਸਾਨਾਂ ਨੂੰ ਸਹੀ ਕਰਨ ਦੀ ਲੋੜ ਹੈ ਉਥੇ ਕੀ ਕਰੋਗੇ ਅਸੀਂ ਭਾਈ ਝੋਨਾ ਛੱਡ ਕੇ ਬਾਜਰਾ ਬੀਜਣ ਨੂੰ ਤਿਆਰਾਂ ਕਰਦਣ 5000 ਰੁਪਏ ਕੁੰਟਲ ਰੇਟ ਲੱਗਦਾ ਜਿਹੜੀ ਉਹ ਐਮਐਸਪੀ ਤੇ ਕਮੇਟੀ ਬਣੀ ਹੈ ਜਾਂ ਐਮਐਸਪੀ ਤੇ ਉਹ ਮਸਲਾ ਹੱਲ ਹੋਊਗਾ ਤੇ 16 ਜਾਂ 17 ਤਰੀਕ ਨੂੰ ਕਚਨੀ ਤੋਂ ਹਸਾਬ ਕਿਤਾਬ ਲਵਾਂਗੇ ਤਿਆਰ ਹੋ ਜੇ ਮੈਂ ਇਕੱਲਾ ਹੀ ਚਲਾ ਥਾ ਜਾਣੀ ਮੈਂ ਮੰਜ਼ਿਲ ਲੋਗ ਆਤੇ ਗਏ ਕਾਰਵਾ ਬਣਤਾ ਗਿਆ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵਨਾਗਰ ਆ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਇਸ ਵਕਤ ਮੇਰੇ ਨਾਲ ਜੋਗਿੰਦਰ ਸਿੰਘ ਉਗਰਾਹਾ ਕਿਸਾਨ ਆਗੂ ਮਜੀਦ ਨੇ ਮੈਂ ਲੈਣਾ ਇਸ ਲਈ ਕਿ ਇਹ ਯਾਨੀ ਕਿਉਂਕਿ ਇਹ ਵੀ ਉਦੋਂ ਕਰੋ ਕੱਲੀ ਚੱਲੇ ਹੋਣਗੇ ਪਰ ਅੱਜ ਹਾਲਾਤ ਇਹ ਨੇ ਕਿ ਇਹਨਾਂ ਦੀ ਇੱਕ ਆਵਾਜ਼ ਤੇ ਇਹਨਾਂ ਦੇ ਇੱਕ ਕਹਿਣੇ ਤੇ ਪੂਰੇ ਕਿਸਾਨ ਇਕੱਠੇ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਜਿੱਤ ਦੀਆਂ ਮੁਬਾਰਕਬਾਦ ਤੁਹਾਨੂੰ ਵਧਾਈ ਧੰਨਵਾਦ ਜੀ ਤੁਹਾਨੂੰ ਵੀ ਬਧਾਈ ਜਦੋਂ ਕਰੋ ਨਿਕਲੇ ਸੀਗੇ ਜਦੋਂ ਕਾਰਮਾ ਬਣਾਇਆ ਸੀਗਾ ਜਦੋਂ ਜਥੇਬੰਦੀ ਬਣਾਈ ਸੀ ਸੋਚਿਆ ਸੀ ਕਿ ਇਸ ਤਰ੍ਹਾਂ ਇੰਨੀ ਲਾਮਬੰਦੀ ਕਰ ਸਕੋਗੇ ਇੰਨੇ ਲੋਕ ਤੁਹਾਨੂੰ ਆਪਣਾ ਆਗੂ ਮੰਨਣਗੇ ਹਾਂ ਐ ਤਾਂ ਪਤਾ ਸੀਗਾ ਵੀ ਲੋਕ ਇਕੱਠੇ ਹੋ ਜਾਣਗੇ ਪਰ ਅਬ ਦਾ ਮੈਨੂੰ ਇਹ ਮੁਰੇ ਲੱਗਣਾ ਪਊ ਇਹ ਤਾਂ ਮੈਂ ਕਦੇ ਵੀ ਨਹੀਂ ਸੋਚਿਆ ਸੀ ਇਹ ਸਾਡੀ ਜੇ ਤਮੰਨਾ ਸੀ ਵੀ ਲੋਕ ਗੱਲ ਆਪਣੀ ਜਰੂਰ ਸੁਣਨਗੇ ਕਿਉਂਕਿ ਗੱਲ ਆਪਣੀ ਸਹੀ ਹੈ ਆਪਣੀ ਦੇਸ਼ਾ ਠੀਕ ਹੈ ਆਪਣੇ ਕੋਲੇ ਲਾਈਨ ਹੈ ਆਪਣੀ ਸੋਚ ਠੀਕ ਹੈ ਆਪਣੇ ਇਰਾਦੇ ਠੀਕ ਨੇ ਲੋਕ ਜੁੜਨਗੇ ਇਸ ਗੱਲ ਦਾ ਸਾਨੂੰ ਅਹਿਸਾਸ ਸੀ ਪਰ ਉਹ ਨਹੀਂ ਭਾਈ ਮੈਂ ਕਰੂੰਗਾ ਇਸ ਗੱਲ ਦਾ ਨਹੀਂ ਅੱਛਾ ਤੁਸੀਂ ਪੂਰੇ ਵਰਡ ਦੇ ਕੁਝ ਬੰਦਿਆ ਦੇ ਵਿੱਚੋਂ ਆਨੇ ਹੋ ਜਿਨ੍ਹਾਂ ਦੀ ਸਭ ਤੋਂ ਜਿਨ੍ਹਾਂ ਨੂੰ ਸਖਤ ਤੇ ਸ਼ਕਤੀਸ਼ਾਲੀ ਬੰਦਾ ਮੰਨਿਆ ਜਾਂਦਾ ਹੈ ਕਿ ਲੋਕ ਉਹਨਾਂ ਦੇ ਕਹੇ ਤੋਂ ਖੜੇ ਹੋ ਜਾਂਦੇ ਨੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੋ ਤੇ ਹੁਣ ਪੰਜਾਬ ਦਾ ਜਿਹੜਾ ਆਣ ਵਾਲਾ ਭਵਿੱਖ ਤੁਹਾਡੇ ਹੱਥਾਂ ਦੇ ਵਿੱਚ ਹੈ ਲੋਕ ਤੁਹਾਡੇ ਮੂੰਹਾਂ ਵੱਲ ਦੇਖ ਰਹੇ ਨੇ ਅਗਲੀ ਰਣਨੀਤੀ ਕੀ ਹੈ ਮੋਰਸ਼ਾ ਜਿੱਤ ਲਿਆ ਅਗਲੀ ਰਣਨੀਤੀ ਬਾਰੇ ਕੀ ਸੋਚਿਆ ਦੇਖੋ ਭਵਿੱਖ ਕਿਸੇ ਬੰਦੇ ਦੇ ਹੱਥ 'ਚ ਨਹੀਂ ਹੁੰਦਾ ਭਵਿੱਖ ਵੀ ਲੋਕਾਂ ਦੇ ਹੱਥ 'ਚ ਹੁੰਦਾ ਜਿਨ੍ਹਾਂ ਨੂੰ ਲੋਕਾਂ ਤੇ ਭਰੋਸਾ ਹੈ ਉਹ ਕਦੇ ਨਹੀਂ ਹਾਰਦੇ ਹੁੰਦੇ ਜਿਹੜੇ ਅਪਦੇ ਤੇ ਮਾਣ ਕਰ ਲੈਂਦੇ ਨੇ ਉਹ ਕਦੇ ਜਿੱਤਦੇ ਨਹੀਂ ਹੁੰਦੇ ਇਹ ਈਗੋ ਦਾ ਸ਼ਿਕਾਰ ਹੰਕਾਰ ਦਾ ਸ਼ਿਕਾਰ ਕਿਸੇ ਦਾ ਹੋਣਾ ਉਹਦੀ ਮੌਤ ਹੁੰਦੀ ਹੈ ਇਸੇ ਨੇ ਮਾਰਿਆ મોદી ਜੇ મોદી ਨੂੰ ਇਹ ਪਤਾ ਹੁੰਦਾ ਵੀ ਲੋਕ ਵੱਡੇ ਹੁੰਦੇ ਨੇ ਲੋਕਾਂ ਦੇ ਅੱਗੇ ਨਹੀਂ ਚੱਲਦਾ ਹੁੰਦਾ ਚਾਹੇ ਲੋਕ ਗਲਤ ਕਹਿੰਦੇ ਨੇ ਚਾਹੇ ਠੀਕ ਕਹਿੰਦੇ ਨੇ ਇੱਕ ਵਾਰੀ ਤੁਸੀਂ ਲੋਕਾਂ ਦੀ ਸੁਣੋ ਲੋਕਾਂ ਦੀ ਸੁਣ ਕੇ ਉਹਨਾਂ ਦੇ ਭਾਵਨਾ ਮੁਤਾਬਕ ਕੰਮ ਕਰੋ ਤੁਸੀਂ ਮਾਰ ਨਹੀਂ ਖਾਂਦੇ ਮੈਂ ਕਹੀ ਜਾਮਾ ਇਹ ਲੜਾਈ ਜਗਿੰਦਰ ਗੁਰਾਹਣੇ ਜਿੱਤ ਲਈ ਬਾਈ ਨਹੀਂ ਜਿੱਤੀ ਬਾਈ ਲੜਾਈ ਇਹ ਇਹ ਤਾਂ ਲੋਕਾਂ ਨੇ ਜਿੱਤੀ ਇਹ ਇਕੱਠੇ ਹੋਏ ਨੇ ਅਸੀਂ ਤਾਂ ਹੋਕਾ ਦੇਣ ਵਾਲੇ ਇਹਨਾਂ ਦੇ ਜ਼ਿੰਮੇਵਾਰ ਚੌਂਕੀਦਾਰ ਆ ਅਸੀਂ ਕਿਹਾ ਵੀ ਆਹ ਕਰਨਾ ਭਾਈ ਇਹਨਾਂ ਨੇ ਕਰਤਾ ਜੇ ਇਹਨਾਂ ਨੇ ਕਰਤਾ ਉਹਦੇ ਛਿੱਟੇ ਇਹਨਾਂ ਨੇ ਆਪ ਦੇਖ ਲਏ ਅੱਛਾ ਹੁਣ ਅੱਗੇ ਕੀ ਫੈਸਲਾ ਕੀ ਲੈਣਾ ਹੈ ਕਿ ਰਾਜਨੀਤੀ ਦੇ ਵਿੱਚ ਆਉਂਗੇ ਚਲੋ ਇਹ ਤਾਂ ਜਿਹੜਾ ਮੋਰਚਾ ਸੀ ਉਹ ਜਿੱਤ ਲਿਆ ਰਾਜਨੀਤੀ ਬਾਰੇ ਕੀ ਸੋਚ ਰਹੀਆਂ ਨੇ ਜਿੱਥੇ ਬੰਦੀ ਹੈ ਖਾਸ ਤੌਰ ਤੇ ਜਗਰਿੰਦਰ ਸਿੰਘ ਗਰਾਹਾ ਕੀ ਸੋਚ ਰਹੇ ਨੇ ਆ ਵੀ ਰਾਜਨੀਤੀ ਹੈ ਭਾਈ ਇਹ ਰਾਜਨੀਤੀ ਉਹਨਾਂ ਦੇ ਵਿੱਚ ਉਤਰਨ ਦੀ ਗੱਲ ਨਹੀਂ ਚੋਣਾ ਚੋਣਾ ਚ ਨਹੀਂ ਜਾਣਾ ਸਾਡੀ ਰਾਜਨੀਤੀ ਵੱਖਰੀ ਹੈ ਅਸੀਂ ਜਿਹੜੀ ਆਹ ਰਾਜਨੀਤੀ ਕਰ ਰਹੇ ਹਾਂ ਜਿਹੜੀ ਲੋਕਾਂ ਦੇ ਹੱਕ ਦਵਾਉਂਦੀ ਹੈ ਜਿਹੜੀ ਲੋਕਾਂ ਦੇ ਚੁੱਲਿਆਂ ਤੇ ਮੰਦਾ ਹਾਲ ਕਿਉਂ ਹੈ ਇਹਨਾਂ ਦੇ ਸਰਕਾਰ ਜਾ ਕਿਉਂ ਹੈ ਇਹ ਖੁਦਕੁਸ਼ੀਆਂ ਕਿਉਂ ਕਰਦੇ ਨੇ ਇਹਨਾਂ ਦਾ ਜਿਹੜੀ ਕੀਤੀ ਹੋਈ ਕਮਾਈ ਹੈ ਕਿਹੜੇ ਚੁੱਲ੍ਹੇ 'ਚ ਪੈਂਦੀ ਹੈ ਅਸੀਂ ਤਾਂ ਇਸ ਗੱਲ ਦਾ ਸਵਾਲ ਕਰਕੇ ਇਹਨਾਂ ਨੂੰ ਖੜੇ ਕੀਤਾ ਸਰਕਾਰਾਂ ਨੂੰ ਪੁੱਛਣ ਜੋਗੇ ਹੁਣ ਸਰਕਾਰ ਨੂੰ ਸਵਾਲ ਕਰਨ ਵੀ ਮੇਰੇ ਮੁੰਡੇ ਦਾ ਕੰਮ ਕਿੱਧਰ ਗਿਆ ਸਾਡੇ ਹੱਥਾਂ ਦਾ ਕੰਮ ਕਿੱਧਰ ਗਿਆ ਸਾਡੇ ਕੋਲੇ ਖੇਤੀ ਕਰਨ ਜੋਗੀ ਜ਼ਮੀਨ ਕਿਉਂ ਨਹੀਂ ਸਾਨੂੰ ਕਿਸੇ ਤੋਂ ਪੈਸੇ ਵੜ ਕੇ ਆਪਦਾ ਗੁਜ਼ਾਰਾ ਕਿਉਂ ਕਰਨਾ ਪੈਂਦਾ ਇਹ ਸਵਾਲ ਕਰਨ ਜੋਗੇ ਹੋਗੇ ਉਧਰ ਲਾਏ ਨੇ ਅਸੀਂ ਇਹਨੂੰ ਵਿਆਰ ਕੀਤਾ ਉਹ ਤੇ ਤਿਆਰ ਹੋਏ ਨੇ ਇਹ ਕੰਮ ਹੈ ਸਾਡਾ ਇਸ ਕਰਕੇ ਇਹਨਾਂ ਦੀ ਲੜਾਈ ਹੈ ਇਹਨਾਂ ਨਹੀਂ ਜਿੱਤਣੀ ਹੈ ਤੇ ਅਸੀਂ ਤਾਂ ਇਹਨਾਂ ਦੀ ਵਿਸ਼ਵਾਸ ਕਰਦੇ ਆ ਸਾਡੀ ਰਾਜਨੀਤੀ ਹੈ ਅੱਛਾ ਜੇ ਬਾਕੀ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਕੋਈ ਪਾਰਟੀ ਬਣਾਉਂਦੀਆਂ ਨੇ ਚੋਣਾਂ ਲੜਦੀਆਂ ਨੇ ਸਾਥ ਦੋਂਗੇ ਉਹਨਾਂ ਦਾ ਸਾਨੂੰ ਕੀ ਤਰਾਜਾ ਭਾਈ ਤੂੰ ਬਣ ਜਾ ਮੁੱਖ ਮੰਤਰੀ ਸਾਨੂੰ ਕੀ ਤਰਾਜਾ ਜੀ ਸਾਥ ਦੋਂਗੇ ਉਹਨਾਂ ਦਾ ਨਹੀਂ ਸਾਥ ਤੂੰ ਤਾਂ ਨਹੀਂ ਦੇਣਾ ਸਾਥ ਦਾ ਸਾਡੀ ਕਿਹੜਾ ਕਮਿਟਮੈਂਟ ਹੈ ਨਾਲ ਵੀ ਅਸੀਂ ਸਾਥ ਦੇਵਾਂਗੇ ਨਾ ਅਸੀਂ ਜੀ ਕਮਿਟਮੈਂਟ ਸਾਡੀ ਕਿਸੇ ਨਾਲ ਨਹੀਂ ਸਾਡਾ ਸਾਥ ਦੀ ਕੋਈ ਸਾਡੀ ਸਾਥ ਦੀ ਆਸ ਕਰਕੇ ਕੋਈ ਚੋਣ ਲੜੇ ਇਹ 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 ਭੁਲੇਖਾ ਕੱਢ ਕੇ ਲੜੇ ਅਸੀਂ ਕਿਸੇ ਦਾ ਸਾਥ ਨਹੀਂ ਦਿੰਦੇ ਨਾ ਹੁਣ ਤੱਕ ਕਦੇ ਦਿੱਤਾ ਨਾ ਅਸੀਂ ਕਿਸੇ ਦਾ ਦੇਈਏ ਉਗਰਾਹ ਜਿੱਥੇ ਆਪਦੇ ਦਮ ਤੇ ਕਿਸੇ ਨੇ ਚੌਣ ਲੜਦੀਆਂ ਲੜਨ ਦੇ ਤਤਰਾਜ ਕੀ ਹੱਥ ਅੱਛਾ ਉਗਰਾਹਾਂ ਜਿੱਥੇ ਬੰਦੀ ਦਾ ਕੋਈ ਬੰਦਾ ਚੌਣ ਨਹੀਂ ਲੜੂਗਾ ਇਹ ਸਾਫ਼ ਹੈ ਬਿਲਕੁਲ ਨਹੀਂ ਲੜਦਾ ਸਾਡਾ ਮਤਾਨਾ ਸਾਡੇ ਸੂਲ ਨੇ ਨਹੀਂ ਲੜਦੇ ਅਸੀਂ ਅੱਛਾ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਫਿਰ ਕਿਨੂੰ ਜੇ ਚਲੋ ਚੌਣਾ ਨਹੀਂ ਲੜਨੀ ਆ ਪੰਜਾਬ ਦੀ ਜਨਤਾ ਨੂੰ ਕੀ ਜਿਹੜੇ ਤੁਹਾਡੇ ਕਿਸਾਨ ਜਿਹੜੇ ਤੁਹਾਡੇ ਗੱਲ ਮੰਨਦੇ ਨੇ ਤੁਹਾਨੂੰ ਆਪਣਾ ਆਗੂ ਮੰਨਦੇ ਨੇ ਉਹਨਾਂ ਨੂੰ ਵੋਟਾਂ ਨੂੰ ਦੇਖ ਕੇ ਕੀ ਕਿਹੋਂਗੇ ਕਿ ਕਿਦਨ ਨੂੰ ਜਾਣਾ ਚਾਹੀਦਾ ਇਹਨਾਂ ਸਾਰਿਆਂ ਨੂੰ ਪਤਾ ਹੈ ਵੀ ਵੋਟ ਕਿਹਨੂੰ ਪਾਉਣੀਆਂ ਪਾਉਣੀਆਂ ਪਾ ਪਾ ਦੇਣਾ ਨਹੀਂ ਪਾਉਣੀ ਨਾ ਪਣ ਇਹਨਾਂ ਦੀ ਮਰਜ਼ੀ ਹੈ ਇਹ ਤਾਂ ਹੁਣ ਇਹਨਾਂ ਦੀ ਮਰਜ਼ੀ ਹੈ ਕਿਉਂਕਿ ਕੱਲੇ ਕੱਲੇ ਦਿਮਾਗ ਆ ਕੱਲੇ ਕੱਲੇ ਸੋਚ ਆਉਂਦੀ ਆਉਂਦੀ ਉਹ ਤਾਂ ਇਹ ਆਜ਼ਾਦ ਨੇ ਜਿਹਨੂੰ ਮਰਜ਼ੀ ਵੋਟ ਪਾ ਦੇਣ ਜਿਹਦੀ ਜਿਹਦੇ ਮਰਜ਼ੀ ਜਿਹਦੇ ਨਾਲ ਤੁਰਨ ਦੀ ਤਾਂ ਪਾਬੰਦੀ ਹੈ ਇਹਨਾਂ ਦੇ ਕਿਸੇ ਦੀ ਪੋਲਿੰਗ ਤੇ ਨਹੀਂ ਬੈਠਣਾ ਜਿਹੜਾ ਇਹਨਾਂ ਨੂੰ ਚੰਗਾ ਲੱਗਦਾ ਹੈ ਆਪਣੀ ਮਰਜ਼ੀ ਨਾਲ ਚੁਣਨ ਜਥੇਬੰਦੀ ਵੱਲੋਂ ਕੋਈ ਫੈਸਲਾ ਅੱਛਾ ਇਸ ਤੋਂ ਇਲਾਵਾ ਚਲੋ ਠੀਕ ਹੈ ਮੋਰਚਾ ਆਪਾਂ ਜਿੱਤ ਲਿਆ ਹੈ ਇਸ ਤੋਂ ਪਹਿਲਾਂ ਵੀ ਜਦੋਂ ਇਹ ਤਿੰਨੇ ਕਾਨੂੰਨ ਨਹੀਂ ਆਏ ਸੀ ਉਸ ਤੋਂ ਪਹਿਲਾਂ ਵੀ ਖੁਸ਼ ਖੁਸ਼ੀਆਂ ਕਰ ਰਹੇ ਸੀ ਕਿਸਾਨ ਕੋਈ ਬਹੁਤਾ ਖੁਸ਼हाल ਨਹੀਂ ਸੀਗਾ ਤੇ ਹੁਣ ਉਸ ਚੀਜ਼ ਨੂੰ ਕਿਸ ਤਰ੍ਹਾਂ ਕਿਸਾਨਾਂ ਦੀ ਜਿਹੜੀ ਖੁਸ਼ਹਾਲੀ ਨੂੰ ਕਿਸ ਤਰ੍ਹਾਂ ਜਿਹੜਾ ਉਹਦਾ ਗ੍ਰਾਫ ਹੈ ਉਹ ਵਧਾਇਆ ਜਾਏਗਾ ਜਿਹੜੇ ਖੁਦ ਖੁਸ਼ੀਆਂ ਨੇ ਉਹਦਾ ਗ੍ਰਾਫ ਨੂੰ ਕਿਵੇਂ ਥੱਲੇ ਲਿਆਉਂਗੇ ਕਿਵੇਂ ਇਹ ਖੁਦ ਖੁਸ਼ੀਆਂ ਨੂੰ ਰੋਕੋਗੇ ਉਹ ਲੜਾਈ ਲੜ ਰਹੇ ਆ ਭਾਈ ਪਹਿਲਾਂ ਕਰਜ਼ਾ ਖਤਮ ਕਰੋ ਖੇਤੀ ਨੂੰ ਮੁਨਾਫੇ ਵਾਲੀ ਬਣਾਓ ਖੇਤੀ 'ਚ ਜਿੰਨੀਆਂ ਘਾਟੇ ਬਣਾਉਂਦੀਆਂ ਨੇ ਜਿਹੜੀਆਂ ਚੀਜ਼ਾਂ ਉਹਨਾਂ ਤੇ ਉਹਨਾਂ ਤੇ ਗੌਰ ਕਰੋ ਜਿਹੜੀਆਂ ਚੀਜ਼ਾਂ ਸੀ ਖਰੀਦਦੇ ਆ ਉਹ ਸਾਨੂੰ ਮਹਿੰਗਿਆ ਲੈਣੇ ਪੈਂਦੇ ਨੇ ਜਿਹੜੀਆਂ ਅਸੀਂ ਵੇਚਦੇ ਆ ਉਹ ਸਰਕਾਰੀ ਰੇਟ ਤੇ ਵਿਕਦੀਆਂ ਨੇ ਇਸ ਕਰਕੇ ਜਿਹੜਾ ਆਹ ਪਾੜਾ ਹੈ ਇਹ ਪਾੜਾ ਖਤਮ ਕਰੋ ਸਾਨੂੰ ਖੇਤਾਂ 'ਚੋਂ ਕੁਝ ਬਚਦਾ ਨਹੀਂ ਇਸ ਕਰਕੇ ਸਾਨੂੰ ਆਪਣੀ ਲੋੜ ਜ਼ਮੀਨਾਂ ਗਹਿਣੇ ਤਰਕੇ ਵੇਚ ਕੇ ਬੈਂਕਾਂ ਤੋਂ ਕਰਜ਼ਾ ਚੱਕ ਕੇ ਅੜਤੇ ਤੋਂ ਪੈਸੇ ਚੱਕ ਕੇ ਪੂਰੀ ਕਰਨੀ ਪੈਂਦੀ ਹੈ ਇਹ ਗੱਲ ਬੰਦ ਕਰੋ ਸਾਡੇ ਬੱਚੇ ਸਾਡੀ ਮਜਬੂਰੀ ਬਸ ਨਾ ਸਾਡੇ ਬੱਚਾ ਨੂੰ ਕੋਈ ਰਜਗਾਰ ਹੈ ਵਿੱਦਿਆ ਮਹਿੰਗੀ ਹੈ ਇਲਾਜ ਮਹਿੰਗਾ ਹੈ ਵਾਤਾਵਰਨ ਮਾੜਾ ਹੈ ਪਾਣੀ ਗੰਦਾ ਹੈ ਹਵਾ ਗੰਦੀ ਹੈ ਇਹ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਰਨ ਦੇ ਇਹਦੀ ਖਾਤਰ ਅਸੀਂ ਅੰਦੋਲਨ ਵਿੱਡਿਆ ਹੋਇਆ ਹੈ ਗਾਹ ਇਧਰੋਂ ਜਾ ਕੇ ਕਰਾਂਗੇ ਵਾਤਾਵਰਨ ਨੂੰ ਬਚਾਉਣ ਦੇ ਲਈ ਗੁਰਾਹਾਂ ਜਥੇਬੰਦੀ ਕੀ ਕਰੂਗੀ ਅੱਗੇ ਪੰਜਾਬ 'ਚ ਜਾ ਕੇ ਪਾਣੀਆਂ ਨੂੰ ਬਚਾਉਣ ਲਈ ਕੀ ਕਰੂਗੀ ਲਲਕਰੀ ਮਾਰਨੇ ਹੁੰਦੇ ਅਸੀਂ ਤਾਂ ਭਾਈ ਕਰਨਾ ਤਾਂ ਸਰਕਾਰ ਨੇ ਹੁੰਦਾ ਅੱਜ ਤਾਂ ਲਲਕਰਾ ਮਾਰ ਕੇ ਤਿਆਰ ਕਰਨਾ ਬੰਦਿਆਂ ਨੂੰ ਵੀ ਆਹ ਕਰੋ ਆਹ ਕਰੋ ਹੋਰ ਇਹ ਅਸੀਂ ਕਰਨਾ ਥੋੜੀ ਹੈ ਕਰਨਾ ਤਾਂ ਉਹਨਾਂ ਨੇ ਹੁੰਦਿਆਂ ਜਿਹੜਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿੱਥੇ-ਜਿੱਥੇ ਕਿਸਾਨਾਂ ਨੂੰ ਲੋੜ ਹੈ ਬਦਲਾਵ ਦੀ ਜਿੱਥੇ-ਜਿੱਥੇ ਕਿਸਾਨਾਂ ਨੂੰ ਸਹੀ ਕਰਨ ਦੀ ਲੋੜ ਹੈ ਉੱਥੇ ਕੀ ਕਰੋਗੇ ਜਿੱਥੇ ਕਿਸਾਨਾਂ ਨੂੰ ਸਹੀ ਕਰਨ ਦੀ ਲੋੜ ਹੈ ਕਿਸਾਨ ਤਾਂ ਸਹੀ ਕਰ ਹੀ ਜਾਂਦੇ ਨੇ ਆ ਦੇਖ ਲੈ ਸਰੋਂ ਪਿਆਨੇ ਸਰੀ ਸਰੋਂ ਕਿਹੜਾ ਮਹੀਨਾ ਜੇ ਮੱਗਰ ਹੀ ਚੱਲਦਾ ਮੇਰੇ ਗੱਲ 'ਚ ਇਹਨੇ ਕਿਸਾਨਾਂ ਦਾ ਆਪਣਾ ਕੰਮ ਕਰਤਾ ਇਹਨੂੰ ਵੱਢ ਵੀ ਸਹੀ ਟਾਈਮ ਨਾਲ ਲੈਣਗੇ ਇਹ ਬੀਜ ਵੀ ਟਾਈਮ ਨਾਲ ਦਿੱਤੀ ਇਹਨੂੰ ਪਾਣੀ ਵੀ ਟਾਈਮ ਨਾਲ ਇਹ ਕਿਸਾਨਾਂ ਦਾ ਕੰਮ ਹੈ ਆ ਉਰੇ ਬੈਠੇ ਨੇ ਸਾਰਿਆਂ ਨੇ ਕਣਕਾਂ ਬੀਜੀਆਂ ਪਿਆਨੇ ਟਾਈਮ ਨਾਲ ਪਾਣੀ ਲਾਉਂਦੇ ਨੇ ਕਿਸਾਨਾਂ ਦਾ ਕੰਮ ਹੈ ਜਿਹੜਾ ਕਿਸਾਨਾਂ ਨੇ ਕੰਮ ਕਰਨਾ ਈ ਤਾਂ ਉਹਦਾ ਕਰ ਹੀ ਜਾਂਦੇ ਆ ਨਾ ਤਾਂ ਦੁੱਧ ਦੇਖ ਸਰਕਾਰ ਤੋਂ ਸਾਮ੍ਹਿਆ ਜਾਂਦਾ ਨਾ ਨਾ ਸਾਮ੍ਹਿਆ ਜਾਂਦਾ ਨਾ ਸਬਜ਼ੀਆਂ ਸਾਂਭੀਆਂ ਜਾਂਦੀਆਂ ਨੇ ਨਾ ਫਲ ਸਮਝੇ ਇਹ ਤਾਂ ਇਹਨਾਂ ਦਾ ਆਪਦਾ ਕੰਮ ਕਰੀ ਜਾਂਦੇ ਨੇ ਕੰਮ ਤਾਂ ਸਰਕਾਰ ਨਹੀਂ ਆਪਦਾ ਕਰ ਰਹੀ ਅੱਛਾ ਤੁਸੀਂ ਵੀ ਮੇਰੇ ਜ਼ਿਲ੍ਹੇ ਦੀਆਂ ਸੰਗਰੂਰ ਦੇ ਮਾਲਵੇ ਬੈਲਟ ਦੀ ਜੀ ਆਪਾਂ ਗੱਲ ਕਰੀਏ ਤਾਂ ਪਾਣੀ ਡੂੰਗੇ ਹੋ ਰਹੇ ਨੇ ਉੱਥੇ ਲੋਕ ਝੋਨਾ ਹੀ ਲਾਈ ਜਾਂਦੇ ਨੇ ਇਹ ਕੋਈ ਫਸਲਾਂ 'ਚ ਬਦਲਾਅ ਆਊਗਾ ਕਿ ਇਸ ਆਪਾਂ ਰਾਜ ਨੂੰ ਜਾਂ ਆਪਾਂ ਇਸ ਇਹ ਬੈਲਟ ਨੂੰ ਆਪਾਂ ਇਹ ਵਾਲੀ ਫਸਲ ਨਹੀਂ ਕਹੀਏ ਆਪਾਂ ਇਸ ਬੈਲਟ ਨੂੰ ਇਹ ਵਾਲੀ ਫਸਲ ਨੂੰ ਕਹੀਏ ਅਸੀਂ ਬਾਈ ਝੋਨਾ ਛੱਡ ਕੇ ਬਾਜਰਾ ਬੀਜਣ ਨੂੰ ਤਿਆਰਾਂ ਕਰਦਣ 5000 ਰੁਪਏ ਕੁੰਟਲਰ ਰੇਟ ਤੜਕੇ ਛੱਡ ਦੇਣਾ ਝੋਨਾ ਝੋਨੇ ਨਾਲ ਬਿਆਹੇ ਹੋયા ਸੀ ਜੋ ਨਾ ਸਾਨੂੰ ਤੰਗ ਕਰਦਾ ਲੱਗਦਾ ਜਿਹੜੀ OMSP ਤੇ ਕਮੇਟੀ ਬਣੀ ਹੈ ਜਾਂ MSP ਤੇ ਉਹ ਮਸਲਾ ਹੱਲ ਹੋਊਗਾ ਅਜੇ ਨਹੀਂ ਆਇਆ ਹੁੰਦਾ ਡਾਂ ਖਿੱਚਣੀ ਪੈਣੀ ਹੈ ਪਿਛਲੀ ਪੈਣੀ ਹੈ ਸੋ ਜਾਂਦੇ ਜਾਂਦੇ ਇਹ ਨਾ ਕਿਸਾਨਾਂ ਨੂੰ ਹੁਣ ਪੰਜਾਬ ਦੇ ਵਿੱਚ ਬਰਤ ਰਹੇ ਨੇ ਕੀ ਸੁਨੇਹਾ ਦੇਣਾ ਚਾਹੂਗੇ ਬਸ ਖੁਸ਼ੀਆਂ ਲੈ ਕੇ ਖੁਸ਼ੀਆਂ ਪਰੇ ਹਮ ਮਾਹੌਲ ਤੇ ਘਰੇ ਵੱਢ ਜੋ ਭਾਈ ਪਹਿਲੀ ਗੱਲ ਤਾਂ ਇਹ ਹੈ ਬਾਕੀ ਆ ਅੱਜ ਖਾ ਕੇ ਜਲੇਬੀਆਂ ਜਲੂਬੀਆਂ ਘੜਕੜਾੜੂ ਬਣ ਰਹੇ ਨੇ ਰਾਜ ਪੂੜੀਆਂ ਪਾੜੀਆਂ ਬਣਦੀਆਂ ਨੇ ਸਬਰ ਨਾਲ ਖਾਓ ਤੇ ਤਿਆਰ ਹੋ ਜਾਓ ਲੜਾਈ ਸਿਰ ਤੇ ਆ 15 ਤਰੀਕ ਨੂੰ ਆਪਾਂ ਜਸ਼ਨ ਮਨਾਉਣੇ ਨੇ ਮੋਰਚਾ ਜਾ ਕੇ ਤੇ 16 ਜਾਂ 17 ਤਰੀਕ ਨੂੰ ਚੰਨੀ ਤੋਂ ਹਸਾਬ ਕਿਤਾਬ ਲਵਾਵਾਂਗੇ ਤਿਆਰ ਹੋ ਜਾ। 16 ਤਰੀਕ ਨੂੰ ਚੰਨੀ ਸਾਹਿਬ ਤੋਂ ਹਸਾਬ ਕਿਤਾਬ। ਬਾ 16 ਦਾ 16 ਨਹੀਂ ਅਗਲੀ ਹੋ ਜੂ ਕੋ ਫਿਰ ਦੇਖ ਲਾਂਗੇ। ਅੱਛਾ ਹੁਣ ਪੰਜਾਬ ਦੇ ਵਿੱਚ ਵੀ ਪ੍ਰੈਸ਼ਰ ਗਰੁੱਪ ਬਣਾਉਣ ਦਾ ਕੰਮ ਸ਼ੁਰੂ ਕਰ ਲੈਣਾ। ਪ੍ਰੈਸ਼ਰ ਗਰੁੱਪ ਤਾਂ ਬਣਿਆ ਹੋਇਆ ਹੈ। ਹੁਣ ਦਿੱਲੀ ਵਾਲੀ ਸਰਕਾਰ ਉਹ ਉਧਰ ਵੇਲੇ ਹੋ ਗਏ ਨਾ ਹੁਣ ਉਧਰ ਜ਼ਿਆਦਾ ਸਾਡਾ ਪਹਿਲਾਂ ਦਿੱਲੀ ਵਾਲੀ ਸਰਕਾਰ ਨਾਲ ਰੌਲਾ ਸੀ ਇਹਦੇ ਨਾਲ ਨਿਪਟ ਗਿਆ। ਹੁਣ ਪੰਜਾਬ ਵਾਲੀ ਨੂੰ ਦੇਖਾਂਗੇ। ਸੋ ਦੋਸਤੋ ਇਹ ਸਨ ਹੈ ਜਗਰਿੰਦਰ ਸਿੰਘ ਰਹਾ ਜਿਨ੍ਹਾਂ ਦਾ ਇਹ ਸਾਫ਼-ਸਾਫ਼ ਕਹਿਣਾ ਹੈ ਕਿ ਸਾਡੀ ਜਥੇਬੰਦੀ ਦਾ ਕੋਈ ਵੀ ਬੰਦਾ ਚੋਣਾ ਨਹੀਂ ਲੜੂਗਾ ਤੇ ਜੇ ਜਥੇਬੰਦੀਆਂ ਬਾਕੀ ਜਥੇਬੰਦੀਆਂ ਦੇ ਆਗੂ ਚੋਣਾ ਲੜਨ ਦੇ ਬਾਰੇ ਸੋਚ ਰਹੇ ਨੇ ਤਾਂ ਉਹ ਆਪਣੇ ਦਮ ਤੇ ਲੜਨ ਸਾਡਾ ਉਹਨਾਂ ਨੂੰ ਕੋਈ ਵੀ ਸਾਥ ਨਹੀਂ ਹੋਗਾ ਇਸ ਦੇ ਨਾਲ ਨਾਲ ਜਾਂਦੇ ਜਾਂਦੇ ਉਹ ਇਹ ਵੀ ਕਹਿ ਗਏ ਕਿ 15 ਤਰੀਕ ਤੋਂ ਬਾਅਦ ਜਦੋਂ ਇਹ ਕਿਸਾਨ ਮੋਰਚੇ ਸਾਰੇ ਪੰਜਾਬ ਦੇ ਵਿੱਚੋਂ ਖਤਮ ਹੋਗੇ ਤਾਂ ਉਸ ਤੋਂ ਬਾਅਦ ਚੰਨੀ ਸਰਕਾਰ ਤੋਂ ਸਵਾਲ ਜਵਾਬ ਪੁੱਛਨੇ ਸ਼ੁਰੂ ਕਰਾਂਗੇ ਸੋ ਇਹਦਾ ਸ਼ਬਦਾ ਦੇ ਨਾਲ ਤੁਹਾਡੇ ਤੋਂ ਅੱਗੇ ਲੈਣੇ ਆ ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਕਰਨ ਬਸਰਾ ਨੇ ਮੈਂ ਸ਼ਸ਼ਵਨਾਗਰਾ ਧੰਨਵਾਦ